ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ। ਅੱਜ ਦੀ ਤਾਜ਼ਾ ਅਪਡੇਟ ਆਪ ਸਭ ਨਾਲ ਡਿਸਕਸ ਕਰਾਂਗੇ। ਸੋ ਪੰਜਾਬ ਸਰਕਾਰ ਨੇ ਕੀ ਲਿਆ ਨਵਾਂ ਫੈਸਲਾ, ਨਵਾਂ ਨੋਟੀਫਿਕੇਸ਼ਨ ਜਾਰੀ, ਕਿਹੜੇ ਮੁਲਾਜ਼ਮਾਂ ਦੀ ਪੈਨਸ਼ਨਸ ਨੂੰ ਮਿਲ ਸਕਦੀ ਹੈ ਖੁਸ਼ਖਬਰੀ। ਸੋ ਇਸ ਖਬਰ ਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰੀਏ। ਸੋ ਇਸ ਤੋਂ ਪਹਿਲਾਂ ਛੋਟੀ ਜੀ ਰਿਕੁਐਸਟ ਕਰਦੇ ਹਾਂ, ਜਿਨ੍ਹਾਂ ਨੇ ਇਸ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਰੈਡ ਬਟਨ ਨੂੰ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ ਜ਼ਰੂਰ ਕਲਿੱਕ ਕਰ ਲਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦਾ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਪ੍ਰਾਪਤ ਹੋ ਸਕੇ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਅਹਿਮ ਖਬਰ। ਵਿੱਤ ਵਿਭਾਗ ਪੰਜਾਬ ਵੱਲੋਂ ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਸੋਧਣ ਸੰਬੰਧੀ 4 ਮਾਰਚ ਨੂੰ ਚੋਣ ਜ਼ਾਬਤੇ ਦੌਰਾਨ ਕਲੈਰੀਫਿਕੇਸ਼ਨ ਪੱਤਰ ਜਾਰੀ ਕੀਤਾ ਗਿਆ, ਜਿਸ ਨਾਲ ਮੁਲਾਜ਼ਮਾਂ ਦੇ ਸਾਰੇ ਵਰਗਾਂ ਦੀਆਂ ਤਨਖਾਹਾਂ ਘਟਣ ਦੇ ਆਸਾਰ ਹਨ। ਇਸ ਬਾਰੇ ਹਾਲੇ ਮੁਲਾਜ਼ਮਾਂ ਨੂੰ ਵੀ ਸਥਿਤੀ ਬਹੁਤੀ ਸਪੱਸ਼ਟ ਨਹੀਂ ਹੈ, ਜਿਸ ਕਰਕੇ ਜਲਦ ਹੀ ਵਿੱਤ ਮੰਤਰੀ ਨਾਲ ਮੀਟਿੰਗ ਕਰਨ ਦੀ ਤਾਕ ਵਿੱਚ ਹਨ। ਪੰਜਾਬ ਸਿਵਲ ਸਕੱਤਰੇਤ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰ ਨੂੰ ਇਸ ਪੱਤਰ ਬਾਰੇ ਸਪੱਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਮੁਲਾਜ਼ਮਾਂ ਦੇ ਸ਼ੰਕੇ ਦੂਰ ਕੀਤੇ ਜਾ ਸਕਣ। ਇਸ ਦੇ ਨਾਲ ਹੀ ਦੱਸਣਯੋਗ ਹੈ ਕਿ 5 ਜੁਲਾਈ 2021 ਵਾਲੀ ਨੋਟੀਫਿਕੇਸ਼ਨ ਦੀ ਲਗਾਤਾਰਤਾ ਵਾਲੇ ਇਸ ਪੱਤਰ ਵਿੱਚ ਵੱਖ ਵੱਖ ਸਮੇਂ ਲਈ 3 ਵੱਖ-ਵੱਖ ਪੱਤਰਾਂ ਦਾ ਹਵਾਲਾ ਦਿੱਤਾ ਗਿਆ ਹੈ। ਇਸ ਪੱਤਰ ਅਨੁਸਾਰ 5ਵੀਂ ਤਨਖਾਹ ਕਮਿਸ਼ਨ ਦੀਆਂ 1 ਜਨਵਰੀ 2006 ਤੋਂ 3 ਪੈਰਿਆਂ ਵਿੱਚ ਦਰਜ ਸ਼੍ਰੇਣੀ ਦੀਆਂ ਹਦਾਇਤਾਂ ਲਾਗੂ ਕਰਨ ਦਾ ਵੇਰਵਾ ਦਿੱਤਾ ਗਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਨਵੀਂ ਬਣੀ ਆਪ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਚੋਣ ਜ਼ਾਬਤੇ ਦੌਰਾਨ ਇਸ ਪੱਤਰ ਨੂੰ ਵਾਪਸ ਲੈਂਦੇ ਹਨ ਜਾਂ ਮੁਲਾਜ਼ਮ ਵਰਗ ਦੀ ਨਾਰਾਜ਼ਗੀ ਸਹੇੜਦੇ ਹਨ। ਵੱਖ ਵੱਖ ਜਥੇਬੰਦੀਆਂ ਦੇ ਮੁਲਾਜ਼ਮ ਆਗੂ ਅਨੁਸਾਰ ਇਸ ਪੱਤਰ ਦੇ ਲਾਗੂ ਹੋਣ ਨਾਲ ਪੰਜਾਬ ਸਰਕਾਰ ਦੇ ਗਰੁੱਪ ਏ ਤੋਂ ਲੈ ਕੇ ਗਰੁੱਪ ਡੀ ਤੱਕ ਦੇ ਅਧਿਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਵੱਡਾ ਖੋਰਾ ਲੱਗੇਗਾ। ਤਨਖਾਹਾਂ 6ਵੇਂ ਤਨਖਾਹ ਕਮਿਸ਼ਨ ਦੀ ਸੋਧ ਤੋਂ ਪਹਿਲਾਂ ਵਾਲੇ ਪੱਧਰ ਦੀ ਹੇਠਾਂ ਪੱਧਰ ਤੋਂ ਵੀ ਹੇਠਾਂ ਆ ਜਾਣਗੀਆਂ। ਪਤਾ ਲੱਗਾ ਕਿ ਪੱਤਰ ਦੇ ਸੰਦਰਭ ਵਿੱਚ ਅਕਾਊਂਟੈਂਟ ਜਨਰਲ ਪੰਜਾਬ ਦੇ ਦਫ਼ਤਰ ਵੱਲੋਂ ਵੱਡੀ ਗਿਣਤੀ ਵਿੱਚ ਸੇਵਾ ਮੁਕਤ ਹੋਏ ਅਧਿਕਾਰੀ ਕਰਮਚਾਰੀ ਦੀਆਂ ਤਨਖਾਹਾਂ ਦੇ ਕੇਸ ਵੀ ਪੈਂਡਿੰਗ ਰੱਖ ਲਏ ਗਏ ਹਨ। ਇਸ ਪੱਤਰ ਦੀ ਕਲੈਰੀਫਿਕੇਸ਼ਨ ਅਨੁਸਾਰ ਵਿੱਤ ਵਿਭਾਗ ਵੱਲੋਂ 27 ਮਈ 2009 ਨੂੰ ਜਾਰੀ ਨੋਟੀਫਿਕੇਸ਼ਨ ਦੇ ਪੈਰਾ 2 ਅਨੁਸਾਰ ਰੀਰਵਾਈਜ਼ਡ ਰੀਫਿਕਸਡ ਕਲੈਰੀਫਾਈ ਕੀਤੀ ਗਈ ਹੈ। ਇਸ ਪੱਤਰ ਅਨੁਸਾਰ ਮੁਲਾਜ਼ਮ ਨੂੰ ਹੋਈ ਵਾਧੂ ਅਦਾਇਗੀ ਦੀ ਰਿਕਵਰੀ ਜਾਂ ਐਡਜਸਟ ਕਰਨ ਦੀ ਹਦਾਇਤ ਦਿੱਤੀ ਗਈ ਹੈ। ਸੋ ਇਹ ਜੋ ਚੋਣ ਜ਼ਾਬਤੇ ਦੌਰਾਨ ਜੋ ਸਰਕਾਰੀ ਕਰਮਚਾਰੀਆਂ ਦੀ ਤਨਖਾਹਾਂ ਨੂੰ ਸੋਧਣ ਸੰਬੰਧੀ ਕਲੈਰੀਫਿਕੇਸ਼ਨ ਪੱਤਰ ਜਾਰੀ ਕੀਤਾ ਗਿਆ ਹੈ, ਜਿਸ ਦਾ ਮੁਲਾਜ਼ਮਾਂ ਨੂੰ ਇਹ ਖਤਰਾ ਕਿ ਉਹਨਾਂ ਦੇ ਤਨਖਾਹਾਂ ਘੱਟ ਨਾ ਜਾਣ, ਕਿਉਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਾਡੀਆਂ ਤਨਖਾਹਾਂ ਘਟਣ ਦੇ ਆਸਾਰ ਨੇ। ਪਰ ਉਹਨਾਂ ਨੇ ਇਹ ਵੀ ਕਿਹਾ ਵੀ ਸਾਨੂੰ ਸਪੱਸ਼ਟ ਕੀਤਾ ਜਾਵੇ ਜਲਦ ਹੀ ਕਿ ਸਪੱਸ਼ਟੀਕਰਨ ਦਿੱਤਾ ਜਾਵੇ ਵੀ ਕੋਈ ਇਹੋ ਜਿਹੀ ਗੱਲ ਤਾਂ ਨਹੀਂ ਵੀ ਉਹਨਾਂ ਦੀ ਜਿਹੜੀਆਂ ਮਤਲਬ ਤਨਖਾਹਾਂ 'ਤੇ ਕੋਈ ਅਸਰ ਪੈਂਦਾ। ਤਾਂ ਉਹਨਾਂ ਨੇ ਕਿਹਾ ਵੀ ਸਾਡੇ ਤਾਂ ਹੀ ਸ਼ੰਕੇ ਦੂਰ ਹੋਣਗੇ ਜਿੰਨਾ ਚਿਰ ਸਾਨੂੰ ਕਿਸੇ ਸਪੱਸ਼ਟੀਕਰਨ ਦੇ ਨਾਲ ਨਹੀਂ ਦੱਸਿਆ ਜਾਊਗਾ। ਸੋ ਇਹ ਸੀ ਅੱਜ ਦੀ ਤਾਜ਼ਾ ਖਬਰ। ਇਸੇ ਤਰ੍ਹਾਂ ਹਰ ਰੋਜ਼ ਦੀਆਂ ਤਾਜ਼ਾ ਅਤੇ ਅਹਿਮ ਖਬਰਾਂ ਸੁਣਨ ਲਈ ਜੁੜੇ ਰਹੋ ਜੀਨੀ ਸਟੱਡੀ ਹੱਬ ਚੈਨਲ ਦੇ ਨਾਲ, ਅਤੇ ਇਸ ਨੂੰ ਰੈੱਡ ਬਟਨ ਕਲਿੱਕ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਓ। ਧੰਨਵਾਦ ਜੀ।